ਬੇਨਤੀ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਹੁਣ ਤੱਕ ਜੋ ਵੀ ਮੇਰੇ ਵੀਰ ਚਿੱਟਾ ਪੀਂਦੇ ਸੀ ਜਾਂ ਚਿੱਟਾ ਵੇਚਦੇ ਸੀ ਉਹਨਾਂ ਲਈ ਇਹ ਬੇਨਤੀ ਹੈ ਮੇਰੇ ਵੀਰ। ਪੰਚਾਇਤੀ ਚੋਣਾਂ ਦੌਰਾਨ ਨਵੇਂ ਸਰਪੰਚ ਬਣੇ ਤੇ ਕਈ ਥਾਈਂ ਲੜਾਈ ਝਗੜੇ ਵੀ ਦੇਖਣ ਨੂੰ ਮਿਲੇ। ਖੈਰ ਇਹ ਤਾਂ ਸੀ ਚੋਣਾਂ ਦੀ ਗੱਲ। ਹੁਣ ਗੱਲ ਕਰਦੇ ਹਾਂ ਸਰਪੰਚੀ ਚੋਣਾਂ ਤੋਂ ਬਾਅਦ ਦੀ। ਜਿਵੇਂ ਹੀ ਚੋਣਾਂ ਜਿੱਤ ਕੇ ਉਮੀਦਵਾਰਾਂ ਨੇ ਸਰਪੰਚੀ ਅਤੇ ਪੰਚੀ ਦੇ ਅਹੁਦੇ ਹਾਸਲ ਕੀਤੇ ਤਾਂ ਆਪੋ ਆਪਣੇ ਹਿਸਾਬ ਨਾਲ ਕੰਮ ਕਰਨੇ ਵੀ ਲਾਜ਼ਮੀ ਸੀ। ਅੱਜ ਤੁਹਾਨੂੰ ਅਸੀਂ ਅਜਿਹੀ ਹੀ ਇੱਕ ਵੀਡੀਓ ਦਿਖਾਵਾਂਗੇ ਜਿਸ ਨੂੰ ਦੇਖ ਕੇ ਤੁਸੀਂ ਇੱਕ ਵਾਰ ਵਾਹ ਵਾਹ ਜ਼ਰੂਰ ਕਰੋਗੇ। ਇਹ ਵੀਡੀਓ ਕਿੱਥੋਂ ਦੀ ਹੈ ਫਿਲਹਾਲ ਇਸ ਬਾਰੇ ਤਾਂ ਅਜੇ ਕੋਈ ਪਤਾ ਨਹੀਂ ਲੱਗ ਸਕਿਆ, ਪਰ ਵੀਡੀਓ 'ਚ ਸਾਹਮਣੇ ਖੜ੍ਹਾ ਇਹ ਵਿਅਕਤੀ ਜੋ ਕੁਝ ਬੋਲ ਰਿਹਾ ਉਹ ਇੱਕ ਵਧੀਆ ਕਦਮ ਜ਼ਰੂਰ ਜਾਪ ਰਿਹਾ ਹੈ। ਖੁਦ ਨੂੰ ਪਿੰਡ ਦਾ ਸਰਪੰਚ ਕਹਿਣ ਵਾਲਾ ਇਹ ਵਿਅਕਤੀ ਪਿੰਡ 'ਚੋਂ ਨਸ਼ੇ ਨੂੰ ਖਤਮ ਕਰਨ ਦੀ ਗੱਲ ਆਖ ਰਿਹਾ ਅਤੇ ਨਸ਼ਾ ਤਸਕਰਾਂ ਨੂੰ ਸਿੱਧੇ ਤੌਰ 'ਤੇ ਚੇਤਾਵਨੀ ਦਿੰਦਾ ਵੀ ਦਿਖਾਈ ਦੇ ਰਿਹਾ। ਚਲੋ ਹੁਣ ਤੁਸੀਂ ਵੀ ਦੇਖੋ ਇੱਕ ਵਾਰ ਇਹ ਸਾਰੀ ਵੀਡੀਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਗਰ ਨਿਵਾਸੀ ਵੀਰਾਂ ਭੈਣਾਂ, ਮੇਰੀਆਂ ਮਾਤਾਵਾਂ ਨੂੰ ਇਹ ਬੇਨਤੀ ਹੈ, ਇਹ ਬੇਨਤੀ ਹੁਣ ਦੀ ਬਣੀ ਨਵੀਂ ਪੰਚਾਇਤ ਸਮੂਹ ਪੰਚਾਇਤ ਵੱਲੋਂ ਹੈ। ਇਹ ਬੇਨਤੀ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਹੁਣ ਤੱਕ ਜੋ ਵੀ ਮੇਰੇ ਵੀਰ ਚਿੱਟਾ ਪੀਂਦੇ ਸੀ ਜਾਂ ਚਿੱਟਾ ਵੇਚਦੇ ਸੀ ਉਹਨਾਂ ਲਈ ਇਹ ਬੇਨਤੀ ਹੈ ਮੇਰੇ ਵੀਰ ਕਿ ਹੁਣ ਤੱਕ ਜਿੰਨਾ ਵੀ ਤੁਸੀਂ ਚਿੱਟਾ ਵੇਚਣਾ ਸੀ ਵੇਚ ਲਿਆ, ਜਿੰਨਾ ਪੀਣਾ ਸੀ ਪੀ ਲਿਆ, ਪਰ ਆਉਣ ਵਾਲੇ ਟਾਈਮ ਦੇ ਵਿੱਚ ਨਾ ਤਾਂ ਇਸ ਪਿੰਡ ਦੇ ਵਿੱਚ ਚਿੱਟਾ ਵੇਚਿਆ ਜਾਊਗਾ ਤੇ ਨਾ ਚਿੱਟਾ ਪੀਣ ਦਿੱਤਾ ਜਾਊਗਾ। ਪਰ ਅੱਜ ਤੋਂ ਬਾਅਦ ਜੇ ਕੋਈ ਮੇਰਾ ਵੀਰ ਚਿੱਟਾ ਪੀਂਦਾ ਜਾਂ ਚਿੱਟਾ ਵੇਚਦਾ ਫੜਿਆ ਗਿਆ ਤਾਂ ਪੰਚਾਇਤ ਵੱਲੋਂ ਇੱਕ ਸਪੈਸ਼ਲ ਮਤਾ ਪਾ ਕੇ ਦੇਣਾ ਹੈ ਵੀ ਨਾ ਤਾਂ ਉਸ ਬੰਦੇ ਦੀ ਅਸੀਂ ਜ਼ਮਾਨਤ ਕਰਵਾਏਗੇ ਤੇ ਨਾ ਜ਼ਮਾਨਤ ਹੋਣ ਦੇਗੇ। ਇਹ ਸਪੈਸ਼ਲ ਮਤਾ ਅਸੀਂ ਇੱਕ ਥਾਣੇ ਦੇ ਵਿੱਚ ਲਿਖ ਕੇ ਦੇ ਦਿਆਂਗੇ ਕਿ ਜੇ ਕੋਈ ਬੰਦਾ ਸਾਡੀ ਇਸ ਅਪੀਲ ਤੋਂ ਬਾਅਦ ਵੀ ਵੇਚਣੋਂ ਨਹੀਂ ਹਟਦਾ ਤਾਂ ਉਸ ਬੰਦੇ ਦੀ ਕੋਈ ਵੀ ਬੰਦਾ ਜ਼ਮਾਨਤ ਨਹੀਂ ਲਊਗਾ ਇਸ ਪਿੰਡ ਦੇ ਵਿੱਚੋਂ। ਤੇ ਨੰਬਰ 2 ਤੇ ਜਿਹੜੇ ਬੰਦੇ ਚਿੱਟਾ ਪੀਂਦੇ ਨੇ ਉਹਨਾਂ ਦੇ ਲਈ ਇਹ ਪੰਚਾਇਤ ਵੱਲੋਂ ਅਸੀਂ ਖੁਦ ਉਹਨਾਂ ਦਾ ਇਲਾਜ ਕਰਵਾਵਾਂਗੇ। ਜੇ ਕੋਈ ਬੰਦਾ ਇਸ ਨਸ਼ੇ ਨੂੰ ਛੱਡਣਾ ਚਾਹੁੰਦਾ ਹੈ ਤੇ ਉਹਦੇ ਕੋਲ ਪੈਸਾ ਟਕਾ ਨਹੀਂ ਹੈ, ਅਸੀਂ ਆਪਦੇ ਪੱਲੋਂ ਪੈਸੇ ਲਾ ਕੇ ਉਹਦਾ ਇਲਾਜ ਕਰਵਾਵਾਂਗੇ, ਉਹਨੂੰ ਦਾਖਲ ਕਰਵਾਵਾਂਗੇ ਤੇ ਉਹਨੂੰ ਦਵਾਈ ਦਵਾਵਾਂਗੇ ਤਾਂ ਜੋ ਬੰਦਾ ਉਹ ਆਮ ਜ਼ਿੰਦਗੀ ਬਤੀਤ ਕਰ ਸਕੇ। ਤਸਵੀਰਾਂ 'ਚ ਦਿਖਾਈ ਦੇ ਰਹੇ ਇਹਨਾਂ ਲੋਕਾਂ ਨੇ ਜੋ ਕੰਮ ਸ਼ੁਰੂ ਕੀਤਾ ਹੈ ਉਸਦੀ ਪ੍ਰਸ਼ੰਸਾ ਕਰਨੀ ਤਾਂ ਬਣਦੀ ਹੈ। ਲੋੜ ਹੈ ਸੂਬੇ ਦੇ ਹੋਰਨਾਂ ਪਿੰਡਾਂ ਦੇ ਸਰਪੰਚਾਂ ਤੇ ਲੋਕਾਂ ਨੂੰ ਇਹਨਾਂ ਤੋਂ ਨਸੀਹਤ ਲੈਣ ਦੀ ਤਾਂ ਜੋ ਦਿਨੋ ਦਿਨ ਵੱਧ ਰਹੀ ਨਸ਼ੇ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।